ਸਾਰੇ ਅਕਾਲੀ ਦਲ ਦੇ ਬੀਜੇਪੀ ਦੇ ਐਮਐਲਏ ਨੂੰ ਚੱਕ ਕੇ ਥਾਣੇ ਬੰਦ ਕਰਵਾਇਆ ਔਰ ਉਨੀ ਦੇਰ ਤੱਕ ਸਾਨੂੰ ਬਾਹਰ ਨਹੀਂ ਆਉਣ ਦਿੱਤਾ ਜਿੰਨੀ ਦੇਰ ਬਜਟ ਦਾ ਇਹਨਾਂ ਦੀ ਕਾਰਵਾਈ ਜਿਹੜੀ ਆ ਝੂਠਾ ਬਜਟ ਜਿੰਨੀ ਦੇਰ ਇਹਨਾਂ ਨੇ ਅਸੈਂਬਲੀ 'ਚ ਪੇਸ਼ ਨਹੀਂ ਕਰਨਾ। ਉੱਥੇ ਬਿਕਰਮ ਮਜੀਠੀਆ ਉਹਨਾਂ ਨੂੰ ਚੱਕ ਕੇ ਥਾਣੇ ਲਿਜਾਇਆ ਗਿਆ, ਤੁਹਾਡੇ ਨਾਲ ਵੀ ਬੜਾ ਉੱਥੇ ਖਿੱਚਤੂ ਹੋਈ, ਬੜਾ ਰੌਲਾ ਰੁਲਾ। ਉਹਨਾਂ ਨੇ ਪਹਿਲਾਂ ਤੁਹਾਨੂੰ ਕੋਈ ਸਮਝਾਇਆ ਨਹੀਂ ਸੀਗਾ ਜਾਂ ਤੁਹਾਨੂੰ ਉਹਨਾਂ ਨੇ ਕੁਝ ਕਿਹਾ ਨਹੀਂ ਕਿ ਤੁਸੀਂ ਵਿਧਾਨ ਸਭਾ ਚੱਲੋ, ਤੁਹਾਡਾ ਵੀ ਉਨਾ ਹੀ ਰੋਲ ਬਣਦਾ ਜਿੰਨਾ ਇੱਕ ਵਿੱਤ ਮੰਤਰੀ ਦਾ ਬਣਦਾ? ਜਿੰਨੀ ਧੱਕੇਸ਼ਾਹੀ ਕੀਤੀ ਆ ਜਿਹਦੇ ਕਰਕੇ ਬਹੁਤ ਸਾਰੇ ਲੋਕਾਂ ਦੇ ਸੱਟਾਂ ਵੀ ਲੱਗੀਆਂ, ਪਤਾ ਲੱਗਾ ਤੁਹਾਡੀ ਵੀ ਸੱਜੀ ਲੱਤ 'ਤੇ ਲੱਗੀ। ਕੋਈ ਗੱਲ ਨਹੀਂ, ਸਾਡੀ ਤਾਂ ਸਾਡੀਆਂ ਸਾਡਾ ਤਾਂ ਸਾਰਾ ਕੁਛ ਹੀ ਪੰਜਾਬ ਦੇ ਲੋਕਾਂ ਲਈ ਆ। ਚੌਥਾ ਬਜਟ ਸੀ ਇਹ, ਅਤੇ ਮੈਂ ਤੈਨੂੰ ਕਹਿੰਦਾ ਵੀ ਚਾਚੀ 420 ਦਾ ਬਜਟ ਸੀ ਇਹ। ਇਸ ਪੂਰੀ ਕਾਂਗਰਸ ਦੀ ਸਰਕਾਰ ਨੂੰ ਹੀ ਕਰੋਨਾ ਵਾਇਰਸ ਹੋ ਗਿਆ, ਉਹਨਾਂ ਨੂੰ ਨਹੀਂ ਇਕੱਲਿਆਂ ਨੂੰ ਹੋਇਆ। ਕੱਲ੍ਹ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਹੋਣਾ ਨੇ ਬਜਟ ਪੇਸ਼ ਕੀਤਾ, ਅਤੇ ਦੂਜੇ ਪਾਸੇ ਬਿਕਰਮ ਮਜੀਠੀਆ ਹੋਣਾ ਦੀ ਅਗਵਾਈ ਦੇ ਵਿੱਚ ਮਨਪ੍ਰੀਤ ਬਾਦਲ ਦੀ ਕੋਠੀ ਦੇ ਬਾਹਰ ਉਹਨਾਂ ਨੇ ਧਰਨਾ ਲਗਾਇਆ। ਧਰਨਾ ਕਿਸੇ ਮੁੱਦੇ ਨੂੰ ਲੈ ਕੇ ਸੀਗਾ ਕਿ ਜਿਨ੍ਹਾਂ ਨੇ ਕਿਸਾਨਾਂ ਨੇ ਖੁਦਕੁਸ਼ੀਆਂ ਕੀਤੀਆਂ ਨੇ ਉਹਨਾਂ ਨੂੰ ਇਨਸਾਫ ਦਿਵਾਇਆ ਜਾਵੇ, ਬਜਟ ਦੇ ਵਿੱਚ ਉਹਨਾਂ ਦੀ ਗੱਲਬਾਤ ਰੱਖੀ ਜਾਵੇ। ਪਰ ਸਭ ਤੋਂ ਵੱਡੀ ਤਸਵੀਰ ਕੱਲ੍ਹ ਦੇਖਣ ਨੂੰ ਮਿਲੀ ਕਿ ਚੰਡੀਗੜ੍ਹ ਪੁਲਿਸ ਨੇ ਬਿਕਰਮ ਮਜੀਠੀਆ ਨੂੰ ਚੁੱਕ ਕੇ ਥਾਣੇ ਲਿਜਾਇਆ ਗਿਆ। ਸਭ ਤੋਂ ਵੱਧ ਧੱਕੇਸ਼ਾਹੀ ਉੱਥੇ ਬਿਕਰਮ ਮਜੀਠੀਆ ਨਾਲ ਹੋਈ, ਅਤੇ ਉਸ ਤੋਂ ਬਾਅਦ ਜੇ ਕਿਸੇ ਨਾਲ ਧੱਕੇਸ਼ਾਹੀ ਹੋਈ ਤਾਂ ਉਹ ਸੀਗੇ ਪਵਨ ਕੁਮਾਰ ਟੀਨੂ। ਪਵਨ ਕੁਮਾਰ ਟੀਨੂ ਸਾਡੇ ਨਾਲ ਹੈਗੇ, ਗੱਲਬਾਤ ਕਰਦੇ ਹਾਂ। ਟੀਨੂ ਜੀ, ਸਭ ਤੋਂ ਪਹਿਲਾਂ ਤਾਂ ਇਹ ਦੱਸੋ ਕਿ ਤੁਹਾਡੇ ਸੱਟ ਪੇੜ ਤਾਂ ਨਹੀਂ ਲੱਗੀ ਕੱਲ੍ਹ ਜਿੰਨੀ ਤੁਹਾਡੇ ਨਾਲ ਖਿੱਚਤੂ ਹੋਈ? ਦੇਖੋ ਮਨਦੀਪ ਜੀ, ਸਾਨੂੰ ਤਾਂ ਜਿੰਨੀਆਂ ਮਰਜ਼ੀ ਸੱਟਾਂ ਲੱਗਣ ਕੋਈ ਪਰਵਾਹ ਨਹੀਂ। ਦੇਖੋ, ਇਸ ਪੰਜਾਬ ਦੇ ਕਿਸਾਨ ਜਿਹੜੇ ਆ, ਜਿਨ੍ਹਾਂ ਦੇ ਪਰਿਵਾਰਾਂ 'ਚੋਂ ਕਿਸੇ ਨਾ ਕਿਸੇ ਮੈਂਬਰ ਨੇ ਖੁਦਕੁਸ਼ੀ ਕੀਤੀ ਹੈ, ਉਹਨਾਂ ਪਰਿਵਾਰਾਂ ਦੇ ਨਾਲ ਮਨਪ੍ਰੀਤ ਸਿੰਘ ਦਾ, ਬਾਦਲ ਦਾ ਵਾਅਦਾ ਸੀ ਆਪਣੇ ਚੋਣ ਮੈਨੀਫੈਸਟੋ 'ਚ ਵੀ ਕਿ ਜਿਨ੍ਹਾਂ ਪਰਿਵਾਰਾਂ ਦੇ ਮੈਂਬਰਾਂ ਨੇ ਖੁਦਕੁਸ਼ੀ ਕੀਤੀ ਉਹਨਾਂ ਦੇ ਪਰਿਵਾਰਾਂ ਨੂੰ ਇੱਕ ਸਰਕਾਰੀ ਨੌਕਰੀ ਦੇਵਾਂਗੇ ਔਰ ਉਹਨਾਂ ਨੂੰ 10 ਲੱਖ ਰੁਪਈਆ ਮੁਆਵਜ਼ਾ ਦੇਵਾਂਗੇ। ਉਸ ਗੱਲ ਨੂੰ ਲੈ ਕੇ, ਉਸ ਮੰਗ ਨੂੰ ਲੈ ਕੇ ਉਹ ਕਿਸਾਨ ਪਰਿਵਾਰ, ਪੀੜਿਤ ਪਰਿਵਾਰ, ਉਹਨਾਂ ਮ੍ਰਿਤਕ ਆਪਣੇ ਪਰਿਵਾਰ ਮੈਂਬਰਾਂ ਦੀਆਂ ਫੋਟੋ ਲੈ ਕੇ ਉਹਦੇ ਘਰ ਦੇ ਗਏ ਸੀ ਵੀ ਸਾਡੀ ਗੱਲ ਸੁਣ ਲਓ, ਅੱਜ ਬਜਟ ਪੇਸ਼ ਹੋਣਾ, ਬਜਟ 'ਚ ਸਾਡੀ ਸਮੱਸਿਆ ਦਾ ਵੀ ਹੱਲ ਕੱਢ ਦਿਓ। ਲੇਕਿਨ ਮਨਪ੍ਰੀਤ ਸਿੰਘ ਬਾਦਲ, ਖਜ਼ਾਨਾ ਮੰਤਰੀ, ਨੇ ਉਹਨਾਂ ਨੂੰ ਮਿਲਣਾ ਵੀ ਠੀਕ ਨਹੀਂ ਸਮਝਿਆ। ਉਸ ਤੋਂ ਬਾਅਦ ਫਿਰ ਅਸੀਂ ਬਤੌਰ MLA, ਕਿਉਂਕਿ ਉਹ ਵਿਚਾਰੇ ਕਿਸਾਨ ਪਰਿਵਾਰ 2-3 ਦਿਨਾਂ ਤੋਂ ਉੱਥੇ ਚੰਡੀਗੜ੍ਹ 'ਚ ਘੁੰਮ ਰਹੇ ਸੀ ਮਿਲਣ ਵਾਸਤੇ ਮਿਨਿਸਟਰਾਂ ਨੂੰ, ਲੇਕਿਨ ਕਿਸੇ ਵੀ ਕਾਂਗਰਸ ਦੇ ਵਜ਼ੀਰ ਨੇ ਉਹਨਾਂ ਨੂੰ ਮਿਲਣ ਲਈ ਠੀਕ ਨਹੀਂ ਸਮਝਿਆ, ਟਾਈਮ ਨਹੀਂ ਦਿੱਤਾ। ਸੋ ਉਸ ਦਿਨ ਅਸੀਂ ਸਵੇਰੇ, ਫਿਰ ਜਦੋਂ ਸਾਨੂੰ ਪਤਾ ਲੱਗਿਆ ਕਿ ਇਹਨਾਂ ਦੇ ਗੇਟ ਦੇ ਅੱਗੇ ਕੁਝ ਕਿਸਾਨ ਫੋਟੋ ਲੈ ਕੇ ਬੈਠੇ ਆ, ਅਸੀਂ ਜਦੋਂ ਗਏ ਹਾਂ ਤਾਂ ਅਸੀਂ ਵੀ ਬੇਨਤੀ ਕੀਤੀ ਵੀ ਮੁੱਖ ਵਿੱਤ ਮੰਤਰੀ ਜੀ ਨੂੰ ਕਹੋ ਵੀ 11 ਵਜੇ ਬਜਟ ਪੇਸ਼ ਹੋਣਾ, ਵੀ ਤੁਸੀਂ ਬਾਹਰ ਆਣ ਕੇ ਇਹਨਾਂ ਨੂੰ ਮਾੜਾ ਜਿਹਾ ਆਸ਼ਵਾਸਨ ਦੇ ਦਿਓ, ਅਸੀਂ ਵੀ ਜਾਣਾ ਆ ਵਿਧਾਨ ਸਭਾ, ਆਸ਼ਵਾਸਨ ਦੇ ਦਿਓ ਬਈ ਇਹਨਾਂ ਦਾ ਕੁਛ ਤੁਸੀਂ ਕਰ ਰਹੇ ਹੋ। ਤਾਂ ਕਹਿੰਦੇ ਜੀ ਉਹ ਤਿਆਰ ਹੋ ਰਹੇ ਆ, ਫਿਰ ਦੁਬਾਰਾ ਸੁਨੇਹਾ ਆ ਗਿਆ ਜੀ ਹਾਲੇ ਕੋਈ ਪਤਾ ਨਹੀਂ, ਸੁਨੇਹਾ ਨਹੀਂ ਆਇਆ। ਆਖਿਰ ਕੀ ਹੋਇਆ, ਆਖਿਰ ਉਹਨਾਂ ਨੇ ਹੁਕਮ ਦੇ ਕੇ ਤਾਂ ਉੱਥੇ ਸਾਰੇ ਉਹਨਾਂ ਪਰਿਵਾਰਾਂ ਨੂੰ ਵੀ ਕਟਵਾਇਆ। ਚਲੋ, ਸਾਡੀ ਤਾਂ ਕੋਈ ਗੱਲ ਨਹੀਂ, ਸਾਨੂੰ ਵੀ ਸਾਰੇ ਅਕਾਲੀ ਦਲ ਦੇ ਬੀਜੇਪੀ ਦੇ MLA ਨੂੰ ਚੱਕ ਕੇ ਥਾਣੇ ਬੰਦ ਕਰਵਾਇਆ।
ਔਰ ਉਨੀ ਦੇਰ ਤੱਕ ਸਾਨੂੰ ਬਾਹਰ ਨਹੀਂ ਆਉਣ ਦਿੱਤਾ ਜਿੰਨੀ ਦੇਰ ਬਜਟ ਦਾ ਇਹਨਾਂ ਦੀ ਕਾਰਵਾਈ ਜਿਹੜੀ ਆ ਝੂਠਾ ਬਜਟ ਜਿੰਨੀ ਦੇਰ ਇਹਨਾਂ ਨੇ ਅਸੈਂਬਲੀ 'ਚ ਪੇਸ਼ ਨਹੀਂ ਕਰ ਲਿਆ। ਸਾਰੀ ਫੁਟੇਜ ਦੇਖੀ ਮੈਂ ਇੱਥੇ ਜਲੰਧਰ ਬਹਿ ਕੇ ਕਿ ਇੰਨੀ ਜ਼ਿਆਦਾ ਖਿੱਚ ਧੂ ਕੀਤੀ ਗਈ ਉੱਥੇ, ਬਿਕਰਮ ਮਜੀਠੀਆ ਉਹਨਾਂ ਨੂੰ ਚੱਕ ਕੇ ਥਾਣੇ ਲਿਜਾਇਆ ਗਿਆ, ਤੁਹਾਡੇ ਨਾਲ ਵੀ ਬੜਾ ਉੱਥੇ ਖਿੱਚ ਧੂ ਹੋਈ, ਬੜਾ ਰੌਲਾ ਰੂਲਾ। ਉਹਨਾਂ ਨੇ ਪਹਿਲਾਂ ਤੁਹਾਨੂੰ ਕੋਈ ਸਮਝਾਇਆ ਨਹੀਂ ਸੀਗਾ ਜਾਂ ਤੁਹਾਨੂੰ ਉਹਨਾਂ ਨੇ ਕੁਝ ਕਿਹਾ ਨਹੀਂ ਕਿ ਤੁਸੀਂ ਵਿਧਾਨ ਸਭਾ ਚੱਲੋ, ਤੁਹਾਡਾ ਵੀ ਓਨਾ ਹੀ ਰੋਲ ਬਣਦਾ ਜਿੰਨਾ ਇੱਕ ਵਿੱਤ ਮੰਤਰੀ ਦਾ ਬਣਦਾ? ਦੇਖੋ ਆਹੀ ਤਾਂ ਦੇਖੋ ਬੜੀ ਸਿਆਣੀ ਗੱਲ ਤੁਸੀਂ ਪੁੱਛੀ ਆ ਬਈ, ਅਸੀਂ ਉਹਨਾਂ ਨੂੰ ਕਹਿ ਰਹੇ ਹਾਂ ਵੀ ਦੇਖੋ ਉੱਧਰੋਂ ਬਜਟ ਪੇਸ਼ ਹੋਣ ਵਾਲਾ ਆ ਵੀ ਤੁਸੀਂ ਨਾ ਕਿਸਾਨ ਪਰਿਵਾਰਾਂ ਦੇ ਦੋ ਮੈਂਬਰ ਅੰਦਰ ਬੁਲਾ ਕੇ ਉਹਨਾਂ ਨੂੰ ਕਹਿ ਦਿਓ ਵੀ ਲੈ ਵੀ ਤੁਹਾਡਾ ਅਸੀਂ ਮਸਲਾ ਹੱਲ ਕਰ ਰਹੇ ਹਾਂ, ਸਾਨੂੰ ਨਾ ਮਿਲੋ, ਅਸੀਂ ਆਪੋਜੀਸ਼ਨ ਹਾਂ ਕਿਉਂਕਿ ਅਸੀਂ ਵੀ ਵਿਧਾਨ ਸਭਾ ਜਾਣਾ ਸੀ, ਵੀ ਇਹਨਾਂ ਦੇ ਦੋ ਮੈਂਬਰ ਬੁਲਾ ਲਓ, ਉਹਨਾਂ ਨੂੰ ਆਸ਼ਵਾਸਨ ਦੇ ਦਿਓ ਅਤੇ ਵਿਚਾਰੇ ਚਲੇ ਜਾਣ। ਲੇਕਿਨ ਉਹ ਪਤਾ ਨਹੀਂ ਇੰਨੀ ਉਹਨਾਂ ਦੇ ਦਿਮਾਗ ਵਿੱਚ ਇੰਨੀ ਨਫ਼ਰਤ ਕਿਉਂ ਸੀ ਵੀ ਸ਼ਾਇਦ ਸਾਡੇ ਜਾਣ ਨਾਲ ਹੋ ਗਈ, ਤਾਂ ਉਹਨਾਂ ਨੇ ਹੁਕਮ ਹੀ ਕਰ ਦਿੱਤਾ ਕਿ ਮੇਰੇ ਗੇਟ ਤੋਂ ਬਸ ਜੋ ਮਰਜ਼ੀ ਕਰੋ, ਉਹ ਪਾਣੀ ਦੀਆਂ ਤੋਪਾਂ ਸੱਦ ਲਈਆਂ ਅਤੇ ਪੰਜਾਬ ਪੁਲਿਸ ਦੇ ਬੰਦੇ ਵੀ ਉੱਥੇ ਸਾਰੇ ਅਫਸਰ ਆ ਗਏ, ਇਹਨਾਂ ਦੇ ਕੋਠੀ ਦੇ ਅੰਦਰੋਂ ਇਹਨਾਂ ਦੇ ਆਪਣੇ ਗਨਮੈਨ ਵੀ ਬਾਹਰ ਆ ਗਏ। ਉਹਨਾਂ ਨੇ ਆਣ ਕੇ ਜਿੰਨਾ ਤਸ਼ੱਦਦ ਜਿੰਨੀ ਧੱਕੇਸ਼ਾਹੀ ਕੀਤੀ ਆ ਜਿਹਦੇ ਕਰਕੇ ਬਹੁਤ ਸਾਰੇ ਲੋਕਾਂ ਦੇ ਸੱਟਾਂ ਵੀ ਲੱਗੀਆਂ, ਮੈਨੂੰ ਪਤਾ ਲੱਗਾ ਤੁਹਾਡੀ ਵੀ ਸੱਜੀ ਲੱਤ 'ਤੇ ਲੱਗੀ। ਕੋਈ ਗੱਲ ਨਹੀਂ, ਸਾਡੀ ਤਾਂ ਸਾਡੀਆਂ ਸਾਡਾ ਤਾਂ ਸਾਰਾ ਕੁਛ ਹੀ ਪੰਜਾਬ ਦੇ ਲੋਕਾਂ ਲਈ ਆ, ਲੇਕਿਨ ਉਹ ਪਰਿਵਾਰ ਜਿਹੜੇ ਵਿਚਾਰੇ ਜਿਨ੍ਹਾਂ ਦੇ ਆਪਣੇ ਜੀ ਚਲੇ ਗਏ ਆ, ਉਹਨਾਂ ਦੀਆਂ ਬੀਬੀਆਂ ਬਜ਼ੁਰਗ ਛੋਟਾ ਛੋਟਾ ਇੱਕ ਬੱਚਾ ਸੀ ਛੋਟਾ ਜਿਹਾ, ਦੇਖ ਕੇ ਰੋਣਾ ਵੀ ਆਉਂਦਾ ਸੀ, ਛੋਟਾ ਜਿਹਾ ਬੱਚਾ ਸੀ, ਉਹ ਆਪਣੇ ਫਾਦਰ ਦੀ ਫੋਟੋ ਲੈ ਕੇ ਆਇਆ ਸੀ, ਉਹਨੂੰ ਵੀ ਧੱਕੇ ਮਾਰੇ, ਇੱਕ ਹੈਂਡੀਕੈਪ ਸੀ ਵੀਲਚੇਅਰ 'ਤੇ ਸੀ, ਉਹਨੂੰ ਵੀ ਪਟਕਾ ਪਟਕਾ ਕੇ ਮਨਪ੍ਰੀਤ ਸਿੰਘ ਬਾਦਲ ਦੇ ਗਨਮੈਨਾਂ ਨੇ ਮਾਰਿਆ। ਸੋ ਇਹੋ ਜਿਹਾ ਰਵੱਈਆ ਆਪਣੇ ਪੰਜਾਬ ਦੇ ਲੋਕਾਂ ਲਈ ਨਹੀਂ ਹੋਣਾ ਚਾਹੀਦਾ। ਜੇ ਤੁਸੀਂ ਕੁਝ ਦੇ ਨਹੀਂ ਸਕਦੇ ਤਾਂ ਤੁਸੀਂ ਧੱਕੇ ਤਾਂ ਨਾ ਮਾਰੋ। ਫਿਰ ਜਦੋਂ ਤੁਹਾਨੂੰ ਥਾਣੇ ਲੈ ਜਾ ਕੇ ਗਏ, ਉੱਥੇ ਲੈ ਕੇ ਗਏ, ਤਾਂ ਫਿਰ ਪੁੱਛਿਆ ਕਿ ਫਿਰ ਤੁਹਾਡੇ 'ਤੇ ਕੋਈ ਕਾਰਵਾਈ ਜਾਂ ਕੋਈ ਕੇਸ ਕੁਸ ਤਾਂ ਨਹੀਂ ਹੋਇਆ ਕਿ ਤੁਸੀਂ ਉੱਥੇ ਮੁੱਖ ਮੰਤਰੀ ਦੀ ਕੋਠੀ ਲੱਗੇ ਇੰਨਾ ਇਕੱਠ ਕਰ ਲਿਆ? ਦੇਖੋ ਕੇਸ ਕੂਸ ਦੀ ਤਾਂ ਕੀ ਕੋਈ ਪਰਵਾਹ ਨਹੀਂ ਹੁੰਦੀ ਸਾਨੂੰ, ਗੱਲ ਇਹ ਆ ਬਈ ਉਹਨਾਂ ਦੀ ਜਿਹੜੀ ਸਾਜ਼ਿਸ਼ ਸੀ ਉਹ ਸਾਰਿਆਂ ਦੇ ਸਾਹਮਣੇ ਆ ਗਈ, ਮੀਡੀਆ ਦੇ ਸਾਹਮਣੇ ਵੀ ਆ ਗਈ ਕਿ ਸਾਨੂੰ ਉਹਨਾਂ ਨੇ ਬਜਟ ਪੇਸ਼ ਹੋਣ ਤੋਂ ਪਹਿਲਾਂ ਹੀ ਚੁਕਵਾ ਤਾ 10:35 'ਤੇ ਚੁਕਵਾ ਕੇ, ਅਤੇ ਆਪ ਉਹ ਵਿਧਾਨ ਸਭਾ ਚਲੇ ਗਏ, ਸਾਨੂੰ ਥਾਣੇ ਬੰਦ ਕਰਵਾ ਤਾ, ਅਤੇ ਸਾਨੂੰ ਉਦੋਂ ਛੱਡਿਆ ਸ਼ਾਮ ਨੂੰ ਜਦੋਂ ਐਨ ਕੰਮ ਇਹਨਾਂ ਦਾ ਨਿਪਟ ਗਿਆ। ਝੂਠ ਜਿਹੜਾ ਝੂਠਾ ਬਜਟ ਸੀ ਇਹ 84,420 ਦਾ ਬਜਟ ਸੀ, ਜਿਹੜਾ ਕਾਂਗਰਸ ਪਾਰਟੀ ਚੌਥਾ ਬਜਟ ਸੀ ਇਹ, ਅਤੇ ਮੈਂ ਤੈਨੂੰ ਕਹਿੰਦਾ ਵੀ 84,420 ਦਾ ਬਜਟ ਸੀ। ਸੋ ਪੇਸ਼ ਕਰ ਲਿਆ, ਚਲੋ ਕੋਈ ਨਹੀਂ। ਦੇਖੋ ਬਜਟ ਨੂੰ ਕਿਵੇਂ ਦੇਖਦੇ ਹੋ ਫਿਰ ਤੁਸੀਂ, ਕਿਉਂਕਿ ਬਜਟ ਦੇ ਵਿੱਚ ਵੀ ਚੀਜ਼ਾਂ ਕਈ ਹੈਗੀਆਂ ਨੇ ਜਿਨ੍ਹਾਂ ਦੇ ਉੱਪਰ ਲੋਕ ਕਹਿ ਰਹੇ ਨੇ ਕਿ ਬਹੁਤ ਵਧੀਆ ਗੱਲ ਇਹ ਕਰਤੀ, ਅਤੇ ਕਈ ਤੁਸੀਂ ਸਵਾਲ ਚੁੱਕ ਰਹੇ ਹੋ ਕਿ ਇਹ 84,420 ਵਾਲਾ ਕੰਮ ਕੀਤਾ? ਦੇਖੋ ਜਿਹੜੇ ਵਿਚਾਰੇ ਕਹਿੰਦੇ ਨਾ ਬਹੁਤ ਵਧੀਆ ਕਰਤੀ, ਉਹ ਭੋਲੇ ਆ, ਉਹ ਮੇਰੇ ਭਰਾ ਜਿਹੜੇ ਕਹਿੰਦੇ ਨੇ ਬਹੁਤ ਵਧੀਆ ਕੋਈ ਕੰਮ ਹੋ ਗਿਆ, ਭੋਲੇ ਆ। ਤੁਸੀਂ ਦੇਖੋ ਵੀ ਮੈਂ ਚਾਰੇ ਹੀ ਬਜਟ ਦੀਆਂ ਕਾਪੀਆਂ ਮੇਰੇ ਕੋਲ ਆ, ਕਾਂਗਰਸ ਦਾ ਮੈਨੀਫੈਸਟੋ ਵੀ ਮੇਰੇ ਕੋਲ ਆ, ਜਿਹੜੀਆਂ ਗੱਲਾਂ ਇਹ ਪਹਿਲੇ 2017-18 ਦੇ ਬਜਟ 'ਚ ਕਰਦੇ ਆ, ਉਹੀ 18-19 'ਚ ਕਰਦੇ, ਉਹੀ 19-20 'ਚ ਕਰਦੇ, ਉਹੀ 20-21 'ਚ ਕਰਦੇ, ਕੱਲ੍ਹ ਦੇ ਬਜਟ 'ਚ ਕਰਦੇ, ਉਹੀ ਸੇਮ ਚੀਜ਼ਾਂ। ਇੱਕ ਇੱਟ ਨਹੀਂ ਲਾਈ ਕਿਸੇ ਯੂਨੀਵਰਸਿਟੀ ਨੂੰ, ਅੱਜ ਚੌਥੇ ਬਜਟ 'ਚ ਐਲਾਨ ਕਰਤਾ ਜੀ ਪਟਿਆਲੇ ਅਸੀਂ ਸਪੋਰਟਸ ਯੂਨੀਵਰਸਿਟੀ ਬਣਾਉਣੀ ਹੈ, ਬਣੀ ਤਾਂ ਲਿਆ ਨਹੀਂ, ਐਲਾਨ 2017 ਦਾ ਕੀਤਾ ਹੈ। 2017 'ਚ ਸਰਕਾਰ ਕਹਿੰਦੀ ਆ ਕਿ ਅਸੀਂ ਹੁਸ਼ਿਆਰਪੁਰ ਫਾਜ਼ਿਲਕੇ ਮੋਹਾਲੀ 'ਚ ਮੈਡੀਕਲ ਕਾਲਜ ਬਣਾਉਣੇ ਆ, ਅਤੇ ਉਹ ਮੈਡੀਕਲ ਕਾਲਜ ਬਣੇ ਨਹੀਂ ਹਾਲੇ ਤੱਕ,
ਤਾਂ ਐਲਾਨ ਕੱਲ੍ਹ ਫਿਰ ਕਰਤਾ ਝੂਠੇ ਬਜਟ 'ਚ। ਇਹ ਸਰਕਾਰ ਕਹਿੰਦੀ ਆ ਵੀ ਅਸੀਂ ਕਿਸਾਨਾਂ ਦੇ ਕਰਜ਼ੇ ਮਾਫ਼ ਕਰ ਦਿੱਤੇ ਆ, ਅਤੇ ਹੁਣ ਕੱਲ੍ਹ ਕਹਿ ਦਿੱਤਾ ਵੀ ਅਸੀਂ 2000 ਕਰੋੜ ਪਤਾ ਨਹੀਂ ਰੱਖ ਲਿਆ ਵਿੱਚ। ਮੁੱਖ ਮੰਤਰੀ ਜੀ ਕੈਪਟਨ ਅਮਰਿੰਦਰ ਸਿੰਘ ਜੀ ਤਾਂ ਕਹਿੰਦੇ ਸੀ ਵੀ ਸਰਕਾਰੀ ਬੈਂਕਾਂ ਦਾ, ਪ੍ਰਾਈਵੇਟ ਬੈਂਕਾਂ ਦਾ, ਆੜ੍ਹਤੀਆਂ ਦਾ, ਸੁਸਾਇਟੀਆਂ ਦਾ ਮੈਂ ਸਾਰਾ ਹੀ ਕਰਜ਼ਾ ਮਾਫ਼ ਕਰ ਦੂੰ, ਤੁਹਾਨੂੰ ਨਹੀਂ ਦੇਣਾ ਪੈਣਾ। ਉਹ ਅਮਾਊਂਟ ਬਣਦੀ ਆ ਕਰੀਬ 90,000 ਕਰੋੜ ਰੁਪਈਆ, ਤੁਸੀਂ ਮਾਫ਼ ਕਰ ਰਹੇ ਹੋ ਸਿਰਫ 2000 ਕਰੋੜ ਰੁਪਈਆ। ਇਹਦਾ ਮਤਲਬ ਕਿੰਨਾ ਬਣਿਆ? ਉਹ 2% ਜੋ ਤੁਸੀਂ ਪ੍ਰੋਮਿਸ ਕੀਤਾ ਸੀ ਉਹਦਾ 2% ਲਗਭਗ। ਉਹਨਾਂ ਨੂੰ ਕਿਸਾਨਾਂ ਨੂੰ ਕੀ ਦੇਣਾ ਸਰਕਾਰ ਨੇ? ਉਹਨਾਂ ਦਾ ਕਿਸਾਨਾਂ ਦਾ ਗੰਨੇ ਦਾ 700 ਕਰੋੜ ਰੁਪਈਆ ਇਹ ਗਵਰਨਮੈਂਟ ਨਹੀਂ ਦੇ ਰਹੀ। ਵਿਧਾਨ ਸਭਾ ਦਾ ਮੁੱਦਾ ਵੀ ਚੱਕਿਆ ਸੀ ਤੁਸੀਂ। ਮੈਂ ਤਾਂ ਮੁੱਖ ਮੰਤਰੀ ਨੂੰ ਗੰਨੇ ਵੀ ਦੇਣ ਗਿਆ ਸੀ ਵੀ ਆਹ ਦੇਖੋ ਇਹ ਮਿਹਨਤ ਨਾਲ ਪੈਦਾ ਕੀਤੇ ਗੰਨੇ ਕਿਸਾਨ ਨੇ, ਇਹਦੇ ਪੈਸੇ ਦਿਓ। ਕਿਉਂ ਨਹੀਂ ਸਰਕਾਰੀ ਮਿੱਲਾਂ ਦੇ ਪੈਸੇ ਦਿੰਦੇ? ਕਿਉਂ ਨਹੀਂ ਪ੍ਰਾਈਵੇਟ ਮਿੱਲਾਂ ਕੋਲੋਂ ਤੁਸੀਂ ਪੈਸੇ ਦਿਵਾਉਂਦੇ? ਲੇਕਿਨ ਸਰਕਾਰ ਕਿਤੇ ਸੁਣਦੀ ਆ? ਇਹ ਮੁੱਖ ਮੰਤਰੀ ਮਹਾਰਾਜਾ ਸਾਹਿਬ ਕਿਤੇ ਸੁਣਦੇ ਆ? ਜਿੱਦਾਂ ਪਹਿਲੇ ਹੁੰਦੇ ਸੀ ਨਾ ਰਿਆਸਤਾਂ ਦੇ ਮਹਾਰਾਜੇ, ਜਿੱਦਾਂ ਉਹ ਨਹੀਂ ਆਪਣੀ ਪਬਲਿਕ ਦੀ ਸੁਣਦੇ ਸੀ, ਉਹੀ ਆਤਮਾ ਇਹਨਾਂ 'ਚ, ਉਹ ਇਹ ਵੀ ਨਹੀਂ ਸੁਣਦੇ। ਕੁਛ ਨਹੀਂ ਹੋਇਆ। ਆਖਰੀ ਸਵਾਲ ਮੇਰਾ ਕਿ ਇੱਕ ਹੁਣ ਮੋਬਾਈਲਾਂ ਨੂੰ ਲੈ ਕੇ ਬੜਾ ਵਿਵਾਦ ਉੱਠ ਗਿਆ ਕਿ ਜਿਹੜੇ ਮੋਬਾਈਲਾਂ ਦਾ ਵਾਅਦਾ ਕੀਤਾ ਸੀਗਾ ਤਾਂ ਹੁਣ ਉਹ ਉਹਨਾਂ ਮੋਬਾਈਲਾਂ ਨੂੰ ਕਰੋਨਾ ਵਾਇਰਸ ਵਾਲਾ ਮੋਬਾਈਲ ਵੀ ਕਹਿਣ ਲੱਗ ਗਏ। ਕਹਿੰਦੇ ਵੀ ਚੀਨ ਤੋਂ ਉਦੋਂ ਆਊਗਾ ਜਦੋਂ ਕਰੋਨਾ ਵਾਇਰਸ ਖਤਮ ਹੋ ਜੂਗਾ। ਹਾਲਾਂਕਿ ਚੀਨ ਨੇ ਹੱਥ ਖੜੇ ਕਰਤੇ ਕਿ ਕਰੋਨਾ ਵਾਇਰਸ ਸਾਡੇ ਕੋਲ ਨਹੀਂ ਕਾਬੂ ਹੋਣਾ ਹੁਣ, ਤਾਂ ਹੁਣ ਇਹ ਮੋਬਾਈਲ ਕਹਿੰਦੇ ਕਿ ਚੀਨ ਤੋਂ ਬਾਅਦ ਜਦੋਂ ਕਰੋਨਾ ਵਾਇਰਸ ਖਤਮ ਹੋ ਜੂਗਾ ਉਦੋਂ ਦੇਵਾਂਗੇ। ਦੇਖੋ ਮੈਂ ਕਰੋਨਾ ਵਾਇਰਸ ਤੋਂ ਪਹਿਲਾਂ 2-3 ਗੱਲਾਂ ਦਾ ਪਹਿਲਾਂ ਹੋਰ ਜਵਾਬ ਦੇ ਦਾਂ। ਦੇਖੋ ਇਹ ਕਹਿੰਦੇ ਸੀ ਵੀ 300 ਯੂਨਿਟ ਦੇਣਾ ਗਰੀਬਾਂ ਨੂੰ ਮੁਫਤ ਬਿਜਲੀ ਦਾ, ਅਤੇ ਹੁਣ ਉਹ 200 ਜਿਹੜੀ ਪਹਿਲੀ ਸਰਕਾਰ ਦਿੱਤੀ ਸਹੂਲਤ ਆ ਉਹਨੂੰ ਵੀ ਖਤਮ ਕਰਨ ਲੱਗੇ ਆ। ਇੱਕ ਇਹ ਕਹਿੰਦੇ ਸੀ ਵੀ ਅਸੀਂ ਪਹਿਲੀ ਕਲਾਸ ਤੋਂ ਲੈ ਕੇ PhD ਤੱਕ ਪੜ੍ਹਾਈ ਮੁਫਤ ਦੇਣੀ ਆ। ਇਹਨਾਂ ਨੇ ਪਿਛਲੇ  3 ਸਾਲ ਸਰਕਾਰੀ ਸਕੂਲਾਂ 'ਚ ਬੱਚਿਆਂ ਕੋਲੋਂ ਫੀਸਾਂ ਲਈਆਂ, ਇਹਨਾਂ ਨੇ ਸਾਈਕਲ ਵੀ ਨਹੀਂ ਦਿੱਤੇ ਕੁੜੀਆਂ ਨੂੰ, ਅਤੇ ਹੁਣ ਆ ਜਾਓ ਫੋਨਾਂ 'ਤੇ। ਹੁਣ ਇਹ ਕਹਿੰਦੇ ਜੀ ਵੀ ਅਸੀਂ 100 ਕਰੋੜ ਰੁਪਈਆ ਰੱਖਿਆ ਅਤੇ 10 ਲੱਖ ਬੱਚੇ ਨੂੰ ਦੇਣਾ ਮੋਬਾਈਲ। 100 ਕਰੋੜ ਨੂੰ ਤਕਸੀਮ ਕਰੋ 10 ਲੱਖ 'ਤੇ, ਉਹ ਬਣਦਾ 1000 ਰੁਪਈਆ। ਯਾਨੀ 1000 ਰੁਪਈਏ ਵਾਲਾ ਚਾਈਨਾ ਦਾ ਖਿਡੌਣਾ, ਉਹ ਵੀ ਉਹ ਜਿਹੜਾ ਕਰੋਨਾ ਵਾਇਰਸ ਦੇ ਦੌਰਾਨ ਉੱਥੇ ਬਣਿਆ, ਪੈਕ ਹੋਇਆ ਅਤੇ ਉਹ ਇਹਨਾਂ ਨੇ ਮੰਗਵਾਇਆ। ਉਹਦੇ ਵਿੱਚ 1000 ਰੁਪਈਏ ਵਿੱਚ ਵੀ ਕੰਪਨੀਆਂ ਦਾ ਪ੍ਰੋਫਿਟ ਵੀ ਆ, ਟਰਾਂਸਪੋਰਟੇਸ਼ਨ ਦਾ ਖਰਚਾ ਵੀ ਆ, ਪੈਕਿੰਗ ਦਾ ਖਰਚਾ ਵੀ ਆ, ਤਾਂ ਕਮਿਸ਼ਨਾਂ ਅਤੇ ਹੋਰ ਚੀਜ਼ਾਂ ਵੀ ਆ। ਕਹਿਣ ਦਾ ਭਾਵ 600 ਰੁਪਏ ਦਾ ਇਹ ਮਸੀਂ ਖਿਡੌਣਾ ਚਾਈਨਾ ਦਾ ਕਰੋਨਾ ਵਾਇਰਸ ਵਾਲਾ ਫੋਨ ਆ, ਅਤੇ ਅਸਲ 'ਚ ਤਾਂ ਸਮਝ ਲਓ ਵੀ ਹੁਣ ਉਹ ਮਿਲਣਾ ਹੀ ਨਹੀਂ ਬੱਚਿਆਂ ਨੂੰ। ਜੇ ਆ ਵੀ ਗਿਆ ਉਹ ਖਿਡੌਣਾ ਜਿਹਦੀ ਮਿਆਦ 5-4 ਦਿਨ ਹੀ ਹੋਣੀ ਆ, ਤਾਂ ਕਿਹੜਾ ਮਾਂ ਬਾਪ ਆ ਜਿਹੜਾ ਕਹੂਗਾ ਬੱਚੇ ਨੂੰ ਲੈ ਆ ਬੇਟਾ ਉਹ ਫੋਨ? ਸੋ ਇਹ ਲਾ ਪਾ ਕੇ ਇਹ ਇਸ ਪੂਰੀ ਕਾਂਗਰਸ ਦੀ ਸਰਕਾਰ ਨੂੰ ਹੀ ਕਰੋਨਾ ਵਾਇਰਸ ਹੋ ਗਿਆ। ਫੋਨਾਂ ਨੂੰ ਨਹੀਂ ਇਕੱਲਿਆਂ ਨੂੰ ਹੋਇਆ, ਸਾਰਿਆਂ ਨੂੰ ਕਰੋਨਾ ਵਾਇਰਸ ਹੋ ਗਿਆ, ਕਿਉਂਕਿ ਰੁਜ਼ਗਾਰ ਕੋਈ ਨਹੀਂ ਮਿਲਿਆ। ਝੂਠ ਬੋਲਦੇ ਰੁਜ਼ਗਾਰ ਦੇ ਨਾਂ 'ਤੇ। ਇੱਕ ਪਾਸੇ ਵਿਧਾਨ ਸਭਾ 'ਚ ਕਹਿੰਦੇ ਅਸੀਂ 57,000 ਨੌਕਰੀ ਦਿੱਤੀ ਆ ਲਿਖਤੀ ਤੌਰ 'ਤੇ, ਅਤੇ ਮੁੱਖ ਮੰਤਰੀ ਜੀ ਕਹਿੰਦੇ ਮੈਂ 11 ਲੱਖ ਨੌਕਰੀ ਦੇ ਦਿੱਤੀ ਹੈ। ਸੋ ਹਰ ਪੱਧਰ 'ਤੇ ਇਹ ਝੂਠ ਬੋਲਦੀ ਆ ਸਰਕਾਰ। ਆਪ ਦਲਿਤ ਭਾਈਚਾਰੇ ਨੂੰ ਦੱਸੋ ਕੀ ਦਿੱਤਾ ਇਹਨਾਂ ਨੇ? ਦਲਿਤ ਭਾਈਚਾਰੇ ਦੇ ਸਾਡੇ ਬੱਚੇ
ਅੱਜ ਦੁਆਬੇ 'ਚ 5000 ਬੱਚੇ ਨੂੰ ਰੋਲ ਨੰਬਰ ਨਹੀਂ ਮਿਲਿਆ ਅਤੇ ਜਿਨ੍ਹਾਂ ਬੱਚਿਆਂ ਨੇ ਡਿਗਰੀਆਂ ਕਰ ਲਈਆਂ 2017-18-19 'ਚ ਉਹਨਾਂ ਬੱਚਿਆਂ ਨੂੰ ਪ੍ਰਾਈਵੇਟ ਅਤੇ ਸਰਕਾਰੀ ਕਾਲਜ ਯੂਨੀਵਰਸਿਟੀਆਂ ਡਿਗਰੀ ਨਹੀਂ ਦੇ ਰਹੀਆਂ, ਸਰਟੀਫਿਕੇਟ ਨਹੀਂ ਦੇ ਰਹੀਆਂ ਅਤੇ ਇਹ ਸਰਕਾਰ ਦੇ ਮੰਤਰੀ ਸੁੱਤੇ ਪਏ ਆ, ਆਰਾਮ ਕਰ ਰਹੇ ਆ, ਇਹਨਾਂ ਨੂੰ ਪਰਵਾਹ ਹੀ ਕੋਈ ਨਹੀਂ। ਸੋ ਇਹਨਾਂ ਨੇ ਦਿੱਤਾ ਕੀ ਆ, ਇਹਨਾਂ ਨੇ ਤਾਂ ਲੋਕਾਂ ਦੀਆਂ ਜੇਬਾਂ 'ਚੋਂ ਪੈਸੇ ਕਢਾਏ ਆ, 200 ਰੁਪਈਆ ਇਹਨਾਂ ਨੇ ਲਿਆ ਲੋਕਾਂ ਦੀਆਂ ਜੇਬਾਂ 'ਚੋਂ ਡਿਵੈਲਪਮੈਂਟ ਟੈਕਸ ਦੇ ਨਾਂ 'ਤੇ, 4% ਮਾਰਕੀਟ ਫੀਸ ਦੇ ਨਾਂ 'ਤੇ, ਰਜਿਸਟਰੀਆਂ ਬਣ ਕਰਾਉਣ ਦਾ ਖਰਚਾ 4% ਕਰ ਦਿੱਤਾ ਅਤੇ ਫਿਰ ਤੁਸੀਂ ਲਾ ਲਓ ਕਿੰਨੀਆਂ ਕਿੰਨੇ ਵਾਰੀ ਬਿਜਲੀ ਵੱਧ ਗਈ ਅਤੇ ਕਿੰਨੇ ਵਾਰੀ ਜਿਹੜਾ ਬੱਸਾਂ ਦਾ ਕਿਰਾਇਆ ਵੱਧ ਗਿਆ, ਪਾਣੀ ਦੇ ਰੇਟ ਵਧਾ ਦਿੱਤੇ ਸ਼ਹਿਰਾਂ 'ਚ। ਸੋ ਲੋਕਾਂ ਦੀਆਂ ਜੇਬਾਂ 'ਚੋਂ ਪੈਸੇ ਕੱਢ ਲਏ, ਲੇਕਿਨ ਗਰੀਬ ਨੂੰ ਮੁਲਾਜ਼ਮ ਨੂੰ ਕੁਛ ਨਹੀਂ ਦਿੱਤਾ। 5 ਰੁਪਈਏ ਇਹਨਾਂ ਨੇ ਕਿਹਾ ਸੀ ਵੀ ਅਸੀਂ ਬਿਜਲੀ ਦੇਵਾਂਗੇ, ਵਪਾਰੀ ਨੂੰ ਨਹੀਂ ਦਿੱਤੀ, ਅੱਜ ਵੀ 7 ਰੁਪਈਏ ਦੇ ਰਹੇ ਹਨ। ਧੰਨਵਾਦ ਗੱਲਬਾਤ ਕਰਨ ਲਈ ਅਤੇ ਜਾਣਕਾਰੀ ਦੇਣ ਲਈ। ਸੋ ਇਹਨੇ ਪਵਨ ਕੁਮਾਟੀ ਨੂੰ ਕੱਲ੍ਹ 2 ਤਸਵੀਰਾਂ ਦੇਖਣ ਨੂੰ ਮਿਲੀਆਂ ਸਨ, ਇੱਕ ਵਿਧਾਨ ਸਭਾ ਦੇ ਵਿੱਚ ਬਜਟ ਪਾਸ ਕੀਤਾ ਗਿਆ ਅਤੇ ਦੂਜੇ ਪਾਸੇ ਬਿਕਰਮ ਮਜੀਠੀਆ ਹੋਣਾ ਨੂੰ ਅਤੇ ਪਵਨ ਕੁਮਾਟੀ ਨੂੰ ਹੋਣਾ ਦੇ ਨਾਲ ਜਿਹੜੀ ਲੀਡਰਸ਼ਿਪ ਸੀਗੀ ਉਹਨੂੰ ਜੇਲ੍ਹ ਦੇ ਵਿੱਚ ਉਹਨਾਂ ਨੂੰ ਥਾਣੇ ਲਿਜਾਇਆ ਗਿਆ। ਪਰ ਇਸ ਦੌਰਾਨ ਸੱਟਾਂ ਵੀ ਕਾਫੀ ਲੱਗੀਆਂ, ਪਵਨ ਕੁਮਾਟੀ ਨੂੰ ਹੋਣਾ ਦੀ ਵੀ ਸੱਜੀ ਲੱਤ 'ਤੇ ਸੱਟ ਲੱਗੀ ਹੈ, ਜਿਸ ਦੌਰਾਨ ਉਹਨਾਂ ਨੇ ਗੱਲਬਾਤ ਦੇ ਵਿੱਚ ਵੀ ਦੱਸਿਆ ਕਿ ਮੇਰੇ ਸੱਟ ਲੱਗੀ ਅਤੇ ਹੋਰ ਵੀ ਕਈਆਂ ਦੇ ਜਿਹੜੇ ਸੱਟਾਂ ਲੱਗੀਆਂ ਨੇ। ਸੋ ਹੁਣ ਦੇਖਦੇ ਹਾਂ ਕਿ ਇਸ ਬਜਟ ਦਾ ਅਤੇ ਜੋ ਕੱਲ੍ਹ ਤਸਵੀਰ ਬਿਕਰਮ ਮਜੀਠੀਆ ਹੋਣਾ ਨੇ ਪੇਸ਼ ਕੀਤੀ, ਇਸ ਦਾ ਅਸਰ ਪੰਜਾਬ ਦੀ ਸਿਆਸਤ ਉੱਪਰ ਕੀ ਨਵਾਂ ਪੈਂਦਾ ਹੈ? ਕੈਮਰਾਮੈਨ ਪਵਨ ਦੇ ਨਾਲ ਮਨਦੀਪ ਸਿੰਘ, ਦੈਨਿਕ ਸਵੇਰਾ ਟੀਵੀ, ਜਲੰਧਰ। All World Open Challenge 17 time gold medalist Miar Rafiq Mohammed Pandit Maulvi Begum Tantrik inna chora thagga to savdan specialist Vashikaran satta number love marriage pati patni ch anban videsh ch pakka hona karobar da na chalna sirf 31 ghantiyan vich samadhan free Miar Rafiq Mohammed mobile 84374 94647 84374 94648।